ਬਠਿੰਡਾ ਪੁਲਿਸ ਨੇ ਵੱਡੀ ਨਸ਼ੇ ਦੀ ਖੇਪ ਪਕੜੀ ਹੈ ਤੇ ਇੱਕ ਕੰਟੇਨਰ ਹੈ ਜਿਹੜਾ ਤੁਸੀਂ ਤਸਵੀਰਾਂ ਵੇਖ ਲਓ ਕਿ ਲਾਈਵ ਰੇਡ ਹੈ ਪੁਲਿਸ ਦੀ ਉਹ ਲਗਾਤਾਰ ਜਾਰੀ ਹੈ। ਇਸ ਦੀ ਜਿਹੜੀ ਪਮੈਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਟਰੱਕ ਦੇ ਵਿੱਚ ਕੀ ਹੈ, ਟਰੱਕ ਦੇ ਵਿੱਚ 41 ਕੁਇੰਟਲ ਹੈ ਜਿਹੜਾ ਉਹ ਚੂਰਾ ਪੋਸਟ ਬਰਾਮਦ ਹੋਇਆ, ਜਿਸ ਦੀਆਂ 210 ਬੋਰੀਆਂ ਨੇ ਜਿਹੜੀਆਂ ਉਹ ਇਸ ਕੰਟੇਨਰ ਦੇ ਵਿੱਚ ਪਾ ਕੇ ਰੱਖੀਆਂ ਗਈਆਂ ਸੀ। ਹਾਲਾਂਕਿ ਕਾਫੀ ਦਿਨਾਂ ਤੋਂ ਪੁਲਿਸ ਨੂੰ ਇਹਨਾਂ ਦੀ ਇੰਟੀਮੇਸ਼ਨ ਸੀ ਕਿ ਪੰਜਾਬ ਦੇ ਵਿੱਚ ਇਸ ਦੀ ਸਪਲਾਈ ਆਏਗੀ ਔਰ ਮੱਧ ਪ੍ਰਦੇਸ਼ ਤੋਂ ਇਹ ਟਰੱਕ ਹੈ ਜਿਹੜਾ ਇਸਨੇ ਸਪਲਾਈ ਅੱਗੇ ਮੋਗਾ ਦੇ ਵਿੱਚ ਦੇਣੀ ਸੀ। ਫਿਲਹਾਲ ਇਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਔਰ ਕਿਤੇ ਨਾ ਕਿਤੇ ਜਾ ਕੇ ਕਾਊਂਟਰ ਇੰਟੈਲੀਜੈਂਸ ਤੇ ਲੋਕਲ ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ ਹੈ। ਤਾਂ ਕਰਕੇ ਕਾਫੀ ਦਿਨਾਂ ਤੋਂ ਇੰਟੀਮੇਸ਼ਨ ਸੀ ਪੁਲਿਸ ਨੂੰ, ਤੁਸੀਂ ਬੋਰੀਆਂ ਦੇਖੋ, ਇਹ ਬੋਰੀਆਂ ਚੂਰੇ ਪੋਸਟ ਦੀਆਂ ਨੇ, ਚੂਰੇ ਪੋਸਟ ਦੀਆਂ ਬੋਰੀਆਂ ਨੇ ਜਿਹੜਾ ਕਿ ਬੈਨ ਹੈ ਪੂਰਨ ਤੌਰ 'ਤੇ, ਪਰ ਕਿਤੇ ਨਾ ਕਿਤੇ ਜਾ ਕੇ ਕਾਊਂਟਰ ਇੰਟੈਲੀਜੈਂਸ ਪੁਲਿਸ ਅਤੇ ਬਠਿੰਡਾ ਦੀ ਲੋਕਲ ਪੁਲਿਸ ਦੀ ਕਾਫੀ ਵੱਡੀ ਕਾਰਵਾਈ ਤੌਰ 'ਤੇ ਦੇਖਿਆ ਜਾ ਰਿਹਾ। ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਵੱਡੇ ਵੱਡੇ ਜਿਹੜੇ ਗੱਟੇ ਨੇ, ਇਹਨਾਂ ਗੱਟਿਆਂ ਦੀ ਕੁਆਂਟਿਟੀ ਹੈ ਉਹ 210 ਦੱਸੀ ਜਾ ਰਹੀ ਹੈ। ਹਾਲਾਂਕਿ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਦੇ SSP ਦੀਪਕ ਪਾਰਕ ਪ੍ਰੈਸ ਕਾਨਫਰੰਸ ਵੀ ਕਰਨਗੇ, ਦੱਸਣਗੇ ਕਿ ਆਖਿਰਕਾਰ ਕਿਵੇਂ ਰੈਕਡ ਚੱਲਦਾ ਸੀ, ਕਿੰਨੇ ਲੰਬੇ ਸਮੇਂ ਤੋਂ ਪੁਲਿਸ ਸੀ ਇਹਨਾਂ ਦੇ ਪਿੱਛੇ ਸੀ ਅਤੇ ਆਖਿਰਕਾਰ ਕਾਊਂਟਰ ਇੰਟੈਲੀਜੈਂਸ ਅਤੇ ਲੋਕਲ ਪੁਲਿਸ ਹੈ ਬਠਿੰਡਾ ਦੀ ਉਹਨਾਂ ਨੂੰ ਕਾਮਯਾਬੀ ਮਿਲੀ ਔਰ 210 ਬੋਰੀਆਂ ਚੂਰਾ ਪੋਸਤ ਦੀਆਂ, ਜਿਸ ਦੀ ਅੰਦਾਜ਼ਨ ਆਪਾਂ ਕਹਿੰਦੇ ਹਾਂ ਕਿ 41 ਕੁਇੰਟਲ ਦੇ ਕਰੀਬ ਜਿਹੜਾ ਚੂਰਾ ਪੋਸਤ ਉਹ ਬਰਾਮਦ ਕੀਤਾ ਗਿਆ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਜਾਣੀ ਹੈ ਕਿ ਆਖਿਰਕਾਰ ਇਹ ਰੈਕਟ ਕਿਵੇਂ ਚੱਲਦਾ ਸੀ, ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ, ਅੱਗੇ ਕਿਸ ਨੂੰ ਦੇਣਾ ਸੀ ਅਤੇ ਕੌਣ ਕੌਣ ਇਸ ਗੋਰਖ ਧੰਦੇ ਦੇ ਵਿੱਚ ਸ਼ਾਮਿਲ ਨੇ। ਫਿਲਹਾਲ ਪ੍ਰੈਸ ਕਾਨਫਰੰਸ ਦੇ ਵਿੱਚ SSP ਬਠਿੰਡਾ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰੈਸ ਵਾਰਤਾ ਕਰਨਗੇ। ਬਠਿੰਡਾ ਪੁਲਿਸ ਨੇ ਵੱਡੀ ਨਸ਼ੇ ਦੀ ਖੇਪ ਪਕੜੀ ਹੈ ਅਤੇ ਇੱਕ ਕੰਟੇਨਰ ਹੈ ਜਿਹੜਾ ਤੁਸੀਂ ਤਸਵੀਰਾਂ ਵੇਖ ਲਓ ਕਿ ਲਾਈਵ ਰੇਡ ਹੈ ਪੁਲਿਸ ਦੀ ਉਹ ਲਗਾਤਾਰ ਜਾਰੀ ਹੈ। ਇਸ ਦੀ ਜਿਹੜੀ ਪਮੈਸ਼ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਟਰੱਕ ਦੇ ਵਿੱਚ ਕੀ ਹੈ, ਟਰੱਕ ਦੇ ਵਿੱਚ 41 ਕੁਇੰਟਲ ਹੈ ਜਿਹੜਾ ਉਹ ਚੂਰਾ ਪੋਸਤ ਬਰਾਮਦ ਹੋਇਆ, ਜਿਸ ਦੀਆਂ 210 ਬੋਰੀਆਂ ਨੇ ਜਿਹੜੀਆਂ ਉਹ ਇਸ ਕੰਟੇਨਰ ਦੇ ਵਿੱਚ ਪਾ ਕੇ ਰੱਖੀਆਂ ਗਈਆਂ ਸੀ। ਹਾਲਾਂਕਿ ਕਾਫੀ ਦਿਨਾਂ ਤੋਂ ਪੁਲਿਸ ਨੂੰ ਇਹਨਾਂ ਦੀ ਇੰਟੀਮੇਸ਼ਨ ਸੀ ਕਿ ਪੰਜਾਬ ਦੇ ਵਿੱਚ ਇਸ ਦੀ ਸਪਲਾਈ ਆਏਗੀ ਔਰ ਮੱਧ ਪ੍ਰਦੇਸ਼ ਤੋਂ ਇਹ ਟਰੱਕ ਹੈ ਜਿਹੜਾ ਇਸਨੇ ਸਪਲਾਈ ਅੱਗੇ ਮੋਗਾ ਦੇ ਵਿੱਚ ਦੇਣੀ ਸੀ। ਫਿਲਹਾਲ ਇਸ ਦੇ ਡਰਾਈਵਰ ਨੂੰ ਕਾਬੂ ਕਰ ਲਿਆ ਗਿਆ ਔਰ ਕਿਤੇ ਨਾ ਕਿਤੇ ਜਾ ਕੇ ਕਾਊਂਟਰ ਇੰਟੈਲੀਜੈਂਸ ਤੇ ਲੋਕਲ ਬਠਿੰਡਾ ਪੁਲਿਸ ਦੀ ਵੱਡੀ ਕਾਰਵਾਈ ਹੈ। ਤਾਂ ਕਰਕੇ ਕਾਫੀ ਦਿਨਾਂ ਤੋਂ ਇੰਟੀਮੇਸ਼ਨ ਸੀ ਪੁਲਿਸ ਨੂੰ, ਤੁਸੀਂ ਬੋਰੀਆਂ ਦੇਖੋ, ਇਹ ਬੋਰੀਆਂ ਚੂਰੇ ਪੋਸਤ ਦੀਆਂ ਨੇ, ਚੂਰੇ ਪੋਸਤ ਦੀਆਂ ਬੋਰੀਆਂ ਨੇ ਜਿਹੜਾ ਕਿ ਬੈਨ ਹੈ ਪੂਰਨ ਤੌਰ 'ਤੇ, ਪਰ ਕਿਤੇ ਨਾ ਕਿਤੇ ਜਾ ਕੇ ਕਾਊਂਟਰ ਇੰਟੈਲੀਜੈਂਸ ਪੁਲਿਸ ਅਤੇ ਬਠਿੰਡਾ ਦੀ ਲੋਕਲ ਪੁਲਿਸ ਦੀ ਕਾਫੀ ਵੱਡੀ ਕਾਰਵਾਈ ਤੌਰ 'ਤੇ ਦੇਖਿਆ ਜਾ ਰਿਹਾ। ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਵੱਡੇ ਵੱਡੇ ਜਿਹੜੇ ਗੱਟੇ ਨੇ, ਇਹਨਾਂ ਗੱਟਿਆਂ ਦੀ ਕੁਆਂਟਿਟੀ ਹੈ ਉਹ 210 ਦੱਸੀ ਜਾ ਰਹੀ ਹੈ। ਹਾਲਾਂਕਿ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਦੇ SSP ਦੀਪਕ ਪਾਰਕ ਪ੍ਰੈਸ ਕਾਨਫਰੰਸ ਵੀ ਕਰਨਗੇ, ਦੱਸਣਗੇ ਕਿ ਆਖਿਰਕਾਰ ਕਿਵੇਂ ਰੈਕਡ ਚੱਲਦਾ ਸੀ, ਕਿੰਨੇ ਲੰਬੇ ਸਮੇਂ ਤੋਂ ਪੁਲਿਸ ਸੀ ਇਹਨਾਂ ਦੇ ਪਿੱਛੇ ਸੀ ਅਤੇ ਆਖਿਰਕਾਰ ਕਾਊਂਟਰ ਇੰਟੈਲੀਜੈਂਸ ਅਤੇ ਲੋਕਲ ਪੁਲਿਸ ਹੈ ਬਠਿੰਡਾ ਦੀ ਉਹਨਾਂ ਨੂੰ ਕਾਮਯਾਬੀ ਮਿਲੀ ਔਰ 210 ਬੋਰੀਆਂ ਚੂਰਾ ਪੋਸਤ ਦੀਆਂ, ਜਿਸ ਦੀ ਅੰਦਾਜ਼ਨ ਆਪਾਂ ਕਹਿੰਦੇ ਹਾਂ ਕਿ 41 ਕੁਇੰਟਲ ਦੇ ਕਰੀਬ ਜਿਹੜਾ ਚੂਰਾ ਪੋਸਤ ਉਹ ਬਰਾਮਦ ਕੀਤਾ ਗਿਆ। ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਬਠਿੰਡਾ ਪੁਲਿਸ ਦੇ ਵੱਲੋਂ ਪ੍ਰੈਸ ਕਾਨਫਰੰਸ ਜ਼ਰੂਰ ਕੀਤੀ ਜਾਣੀ ਹੈ ਕਿ ਆਖਿਰਕਾਰ ਇਹ ਰੈਕਟ ਕਿਵੇਂ ਚੱਲਦਾ ਸੀ, ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀ, ਅੱਗੇ ਕਿਸ ਨੂੰ ਦੇਣਾ ਸੀ ਅਤੇ ਕੌਣ ਕੌਣ ਇਸ ਗੋਰਖ ਧੰਦੇ ਦੇ ਵਿੱਚ ਸ਼ਾਮਿਲ ਨੇ। ਫਿਲਹਾਲ ਪ੍ਰੈਸ ਕਾਨਫਰੰਸ ਦੇ ਵਿੱਚ SSP ਬਠਿੰਡਾ ਇਸ ਪੂਰੇ ਮਾਮਲੇ ਨੂੰ ਲੈ ਕੇ ਪ੍ਰੈਸ ਵਾਰਤਾ ਕਰਨਗੇ।